ਇਹ ਡਿਸਕਵਰ 100 cc ਦਾ ਇੰਜਣ ਆ ਅਤੇ ਗੰਦਗੀ ਤੁਹਾਨੂੰ ਦਿਖਾਉਂਦੇ ਹਾਂ ਕਿੰਨੀ ਜ਼ਿਆਦਾ ਇਹਦੇ ਵਿੱਚ, ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਇਹਦਾ। ਆਹ ਦੇਖੋ ਕਿਵੇਂ ਕਾਲਾ ਤੇਲ ਜੰਮਿਆ ਹੋਇਆ ਵਿੱਚ, ਇਹਦੇ ਆਹ ਜਗ੍ਹਾ ਵੀ ਦੇਖੋ ਦੇਖੋ ਇੰਨੀ ਇੰਨੀ ਮੋਟੀ ਵਿੱਚ ਗੰਦਗੀ ਚੜ੍ਹੀ ਹੋਈ ਆ। ਅਤੇ ਫਿਲਹਾਲ ਇਹਨੂੰ ਆਪਾਂ ਸਾਫ਼ ਕਰਾਂਗੇ, ਠੀਕ ਆ। ਆਹ ਚੈਂਬਰ ਦਾ ਵੀ ਮੇਨ ਦਾ ਹਾਲ ਦੇਖੋ, ਅਤੇ ਇਹਨੂੰ ਸਾਫ਼ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਦਾ ਪ੍ਰੋਸੈਸ, ਠੀਕ ਆ ਜੀ। ਪੂਰੇ 4 ਘੰਟੇ ਲੱਗੇ, 4 ਘੰਟਿਆਂ ਤੋਂ ਵੱਧ ਹੀ ਲੱਗਾ ਇਹਨਾਂ ਨੂੰ ਸਾਫ਼ ਕਰਨ ਲਈ। ਅਤੇ ਸਫਾਈ ਤੁਹਾਡੇ ਸਾਹਮਣੇ ਆ ਕੀ ਹਾਲ ਸੀਗਾ ਇੰਜਣ ਦਾ, ਠੀਕ ਆ ਜੀ। ਬਹੁਤ ਮਿਹਨਤ ਕਰਨੀ ਪਈ ਆ ਇਹ ਇੰਜਣ 'ਤੇ, ਇੰਜਣ ਤਾਂ ਗੰਦੇ ਹੁੰਦੇ ਆ ਪਰ ਇੰਨਾ ਜ਼ਿਆਦਾ ਕੋਈ ਨਹੀਂ ਸੀਗਾ, ਬਹੁਤ ਬੁਰਾ ਹਾਲ ਸੀਗਾ ਇਹਦਾ। ਅਤੇ ਤੁਸੀਂ ਵੀ ਦੇਖੋ ਤੁਹਾਨੂੰ ਸਫਾਈ ਕਿਵੇਂ ਦੀ ਲੱਗੀ ਆ, ਠੀਕ ਆ ਜੀ। ਬਹੁਤ ਮਿਹਨਤ ਕੀਤੀ ਇਹਦੇ 'ਤੇ ਇਹਨੂੰ ਸਾਫ਼ ਕਰਨ ਲਈ।